ਉਹ ਜਿਹੜਾ ਸੱਚ ਹੈ ਉਹ ਇੱਕ ਹੈ, ਉਹ ਸੱਚ ਨੇ ਸਦਾ ਇੱਕ ਹੀ ਰਹਿਣਾ ਹੈ। ਇਹ ਨਾਸ਼ ਵੀ ਹੋ ਜਾਏਗੀ, ਉਸਦੀ ਕੀਤੀ ਵੀ ਆਪ ਕਰ ਲਵੇ ਲੈ, ਉਹ ਇੱਕ ਦਾ ਇੱਕ ਫਿਰ ਹੈ। ਖੇਲ 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 ਖੇਲਣ ਅੰਤ ਕੋ ਫਿਰ ਏਕ, ਜੋ ਦਸਵੀਂ ਪਾਤਸ਼ਾਹ ਜੀ ਕਹਿੰਦੇ ਜਾਪ ਸਾਹਿਬ ਦੇ ਵਿੱਚ, ਉਹ ਖੇਲ ਖੇਲ ਕੇ ਫਿਰ ਖੇਲ ਨੂੰ ਅਖੇਲ ਕਰ ਦਿੰਦਾ, ਫਿਰ ਅੰਤ ਦਾ ਇੱਕ ਦਾ ਇੱਕ ਰਹਿ ਜਾਂਦਾ। ਉਹ ਜਿਹੜਾ ਹੈਗਾ ਜਿਹੜਾ ਕਿ ਉਸ ਇੱਕ ਦੇ ਨਾਲ ਉਸਦੇ ਇੱਕ ਦਾ ਜਾਪ ਕਰਦਾ ਹੈ ਔਰ ਇੱਕ ਨੂੰ ਸਿਮਰਦਾ ਹੈ। ਹੁਣ ਕਈ ਆਦਮੀ ਮੈਂ ਇਹਨੂੰ ਮਿਲੇ ਹਨ ਕਰ ਕਹਿੰਦੇ ਹਨ ਕਿ ਜੀ ਵਾਹਿਗੁਰੂ ਜਿਹੜਾ ਪਦ ਹੈ ਗੁਰੂ ਸਾਹਿਬ ਨੇ ਕਿਤੇ ਵੀ ਨਹੀਂ ਲਿਖਿਆ, ਤੁਸੀਂ ਇਹਦਾ ਸਿਮਰਨ ਕਿਉਂ ਕਰਦੇ? ਹਾਂ, ਇਹਨੂੰ ਪ੍ਰਸ਼ਨ ਮੈਨੂੰ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਟਾ ਨੇ ਵਾਹਿਗੁਰੂ ਕੀਤਾ ਹੈਗਾ, ਹੋਰ ਕਿਤੇ ਵੀ ਵਾਹਿਗੁਰੂ ਨਹੀਂ ਹੈ, ਤੁਸੀਂ ਇਸਨੂੰ ਗੁਰਮੰਤਰ ਕਿਸ ਤਰ੍ਹਾਂ ਬਣਾ ਲਿੱਤਾ? ਉੱਥੇ ਮਹਾਰਾਜ ਕਹਿੰਦੇ ਨੇ ਕਿ ਯਾਨੀ ਹਰੀ ਕ੍ਰਿਸ਼ਨ ਔਰ ਫਿਰ ਉਹ ਵੱਡਾ ਭਾਰੀ ਉਹ ਇਹ ਦਿੰਦੇ ਨੇ ਕਿ ਦੇਖੋ ਮਹੱਲਾ ਪਹਿਰਾ ਜੀ ਕਹਿੰਦੇ ਨੇ, ਉੱਥੇ ਮਹਾਰਾਜ ਕਹਿੰਦੇ ਨੇ ਭਾਈ ਰੇ ਮਹੱਲਾ ਪਹਿਰਾ ਜੀ ਰਾਮ ਕਹੋ ਚਿੱਤ ਲਾਏ। ਉਹ ਕਹਿੰਦੇ ਰਾਮ ਕਹੋ ਚਿੱਤ ਲਾਏ, ਤੁਸੀਂ ਵਾਹਿਗੁਰੂ ਪੜਾਉਂਦੇ ਹੋ, ਉਹ ਵੀ ਗਲਤੀ ਤੇ। ਹਰੀ ਪਦ, ਕ੍ਰਿਸ਼ਨ ਪਦ, ਰਾਮ ਪਦ, ਗੁਰੂ ਪਦ, ਯਾਨੀ ਸਿਨੋਨੀਮਸ ਟਰਮਸ ਹਨ, ਇੱਕੋ ਅਰਥ ਭਾਵ ਰੱਖਣ ਵਾਲੇ ਪਦ ਹਨ ਇਹ। ਯਾਨੀ ਜਿਹੜੇ ਲੜਦੇ ਇਸ ਗੱਲ ਤੇ ਕਿ ਸਤਨਾਮ ਗੁਰਮੰਤਰ ਹੈ ਜਾਂ ਵਾਹਿਗੁਰੂ ਗੁਰਮੰਤਰ ਹੈ, ਹੁਣ ਉਹ ਉਹਨਾਂ ਨੂੰ ਕਹੀਏ ਕਿ ਭਾਈ ਗੁਰਦਾਸ, ਉਹ ਕਹਿੰਦੇ ਭਾਈ ਗੁਰਦਾਸ ਨੂੰ ਹੇਠਾਂ ਰੱਖਾਂਗੇ ਗੁਰੂ ਗ੍ਰੰਥ ਸਾਹਿਬ ਤੋਂ, ਹੈ ਵੀ ਠੀਕ ਹੈ ਸਾਡੇ, ਯਾਨੀ ਗੁਰਗੱਦੀ ਭਾਈ ਗੁਰਦਾਸ ਦੀ ਵਾਰ ਨੂੰ ਨਹੀਂ ਮਿਲੀ, ਭਾਈ ਗੁਰਦਾਸ ਦੀ ਜਿਹੜੀ ਹੈ ਰਾਈਟਿੰਗ ਉਹਨਾਂ ਨੂੰ ਗੁਰਗੱਦੀ ਨਹੀਂ ਦਿੱਤੀ, ਗੁਰਗੱਦੀ ਤਾਂ ਇਸ ਚੀਜ਼ ਨੂੰ ਮਿਲੀ ਹੈ। ਜੋ ਕੁਛ ਇਹ ਕਹਿੰਦੀ ਆ ਅਸੀਂ ਇਸ ਤੇ ਟੈਸਟ ਕਰਾਂਗੇ, ਅਪਲਾਈ ਕਰਾਂਗੇ, ਅਸੀਂ ਭਾਈ ਗੁਰਦਾਸ ਨੂੰ ਕਹਿੰਦੇ ਦੇ ਆਰ ਰਾਈਟ, ਠੀਕ ਹੈ। ਭਾਈ ਗੁਰਦਾਸ ਕੀ ਕਹਿੰਦੇ ਨੇ? ਭਾਈ ਗੁਰਦਾਸ ਕਹਿੰਦੇ ਤਿੰਨ ਮੰਤਰ, ਭਾਵ ਉਹਨਾਂ ਦਾ ਉਹੀ ਇੱਕ, ਉਹ ਇੱਕ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਵੇਂ ਇੱਕ ਗੱਲ, ਵਾਹਿਗੁਰੂ ਅਰਥ ਕੀ ਵਾਹ ਵੰਡਰਫੁੱਲ ਗੁਰੂ ਗੋਡ ਵੰਡਰਫੁੱਲ ਗੋਡ ਨੂੰ ਜਪੋ ਹੋਵੇਂ ਖੋਈ ਜਾਵੇ। ਇੱਕ ਜਗ੍ਹਾ ਭਾਈ ਸਾਹਿਬ ਜੀ ਕਹਿੰਦੇ ਭਾਈ ਗੁਰਦਾਸ ਜੀ ਸਤਨਾਮ ਗੁਰਮੰਤਰ ਜੜਾਇਆ, ਗੁਰੂ ਨੇ ਮੈਨੂੰ ਤਾਂ ਸਤਨਾਮ ਦਾ ਮੰਤਰ ਜੜਾਇਆ ਪੱਕਾ ਕਰਾਇਆ, ਉਹ ਵੀ ਗੁਰਮੰਤਰ ਹੋ ਗਿਆ। ਇੱਕ ਜਗ੍ਹਾ ਭਾਈ ਸਾਹਿਬ ਜੀ ਕਹਿੰਦੇ ਨੇ ਏਕ ਓਂਕਾਰ ਗੁਰਮੰਤਰ ਹੈ ਜਪ ਹੋਮੈ ਖੋਈ, ਉੱਥੇ ਵੀ ਜਪ ਹੋਮੈ ਖੋਈ ਏਕ ਓਂਕਾਰ ਗੁਰਮੰਤਰ ਹੈ। ਭਾਵ ਰਾਮ ਕ੍ਰਿਸ਼ਨ, ਹੁਣ ਇਹਨਾਂ ਦੇ ਵੀ ਕਈ ਅਰਥ, ਇੱਕ ਤਾਂ ਰਾਮ ਰਮਤ ਰਾਮ, ਇੱਕ ਦਸ਼ਰਥ ਜੀ ਦੇ ਪੁੱਤਰ ਰਾਮ, ਇਹ ਕ੍ਰਿਸ਼ਨ ਦਸ਼ੋਧਾ ਜੀ ਦੇ ਪੁੱਤਰ, ਇਹ ਕ੍ਰਿਸ਼ਨ ਇਹ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਾਤ ਆਤਮਾ, ਔਰ ਜੋ ਉਹ ਰਾਮ ਹੈ ਉਸਨੂੰ ਡਿਫਾਈਨ ਕੀਤਾ ਗੁਰਮਤ ਨੇ, ਕਿਹੜਾ ਰਾਮ? ਪਰਿਪੂਰਨ ਔਲ ਪ੍ਰੋਵਾਈਡਿੰਗ ਰਾਮ। ਡੈਫੀਨੇਸ਼ਨ ਰਾਮ ਦੀ ਕੀ ਦੱਸਦੀ ਹੈ ਗੁਰਮਤ? ਸ੍ਰੀ ਰਾਮ ਚੰਦ ਜਿਸ ਰੂਪ ਨਾਲ ਰੇਖਿਆ, ਬਨਮਾਲਾ ਚੱਕਰ ਪਾਣ ਦਰਸ ਅਨੂਪਿਆ, ਇਹ ਜਿਤਨੀ ਬਨਸਪਤੀ ਹੈ ਇਹ ਸਾਰੀ ਉਸਦੀ ਬਨਮਾਲਾ ਹੈ, ਗਲੇ ਦੀ ਮਾਲਾ ਹੈ ਬਣਾ ਦੀ ਜਿਹੜੀ ਬਨਸਪਤੀ ਹੈ। ਸ੍ਰੀ ਰਾਮ ਚੰਦ ਜਿਸ ਰੂਪ ਨਾਲ ਰੇਖਿਆ ਬਨਵਾਲਾ ਚੱਕਰ ਪਾਣ, ਚੱਕਰ ਪਾਣ ਕਿਹਨੂੰ ਕਹਿੰਦੇ ਨਾ? ਪਾਣ ਦਾ ਅਰਥ ਹੱਥ, ਚੱਕਰ ਹੈ ਕਾਲ ਦਾ ਰੂਪੀ, ਕਾਲ ਰੂਪੀ ਚੱਕਰ ਜਿਸਦੇ ਹੱਥ ਦੇ ਵਿੱਚ, ਉਹ ਰਾਮ। ਸ੍ਰੀ ਰਾਮ ਚੰਦ ਜਿਸ ਰੂਪ ਨਾਲ ਰੇਖਿਆ ਬਨਮਾਲਾ ਚੱਕਰ ਪਾਣ ਦਰਸ ਅਨੂਪਿਆ, ਉਸਦਾ ਦਰਸ ਕੀ ਹੈ? ਅਨੂਪਮ ਅਨਪੈਰਲ, ਉਸ ਵਰਗਾ ਕੋਈ ਹੈ ਹੀ ਨਹੀਂ ਹੈ। ਸ੍ਰੀ ਰਾਮ ਚੰਦ ਜਿਸ ਰੂਪ ਨਾਲ ਰੇਖਿਆ ਬਨਮਾਲਾ ਚੱਕਰ ਪਾਣ ਦਰਸ ਅਨੂਪਿਆ, ਸਹਿਸ ਨੇਤਰ ਮੂਰਤ ਹੈ ਸਹਿਸਾ, ਉਸਦੇ ਹਜ਼ਾਰਾਂ ਹੀ ਮੂਰਤਾਂ ਨੇ ਤੇ ਸਰੀਰ ਹਜ਼ਾਰਾਂ ਹੀ ਉਸਦੀ ਅੱਖਾਂ ਹਨ। ਇੱਕ ਦਾਤਾ ਸਭ ਹੈ, ਇੱਕੋ ਦਾਤਾ ਹੈ ਉਹ ਸਾਰੇ ਮੁਲਕਿਨ, ਉਹ ਰਾਮ। ਇਸੇ ਤਰ੍ਹਾਂ ਕ੍ਰਿਸ਼ਨ, ਕ੍ਰਿਸ਼ਨ ਦੇ ਕਈ ਅਰਥ ਹਨ, ਭੁਲੇਖਾ ਪੈ ਜਾਂਦਾ ਤਦ ਜੇ ਇੱਕ ਆਦਮੀ ਨੇ ਇੱਕੋ ਅਰਥ ਇੱਕ ਪਦੇ ਹੁੰਦੇ ਆਉਣ। ਸਾਰੇ ਪੜ੍ਹੇ ਲਿਖੇ ਬੈਠੇ ਹੋ, ਸੰਸਾਰ ਦੀ ਹਰ ਇੱਕ ਭਾਸ਼ਾ ਦੇ ਵਿੱਚ ਭਾਵੇਂ ਉਹ ਬੋਲਣ ਵਾਲੀ ਹੈ ਭਾਵੇਂ ਵਿੱਚ ਹੈ, ਇੱਕ ਪਦ ਦੇ ਅਨੇਕ ਅਰਥ ਹੁੰਦੇ ਹਨ। ਜਿਸ ਸਕਾਲਰ ਨੂੰ, ਜਿਸ ਵਿਦਵਾਨ ਨੂੰ ਸਾਰੇ ਅਰਥ ਆਉਂਦੇ ਹੋਣਗੇ, ਜਿੱਥੇ ਉਸ ਪਦ ਦੀ ਵਰਤੋਂ ਹੋਊਗੀ ਉਹ ਪ੍ਰਕਰਨ ਅਨੁਸਾਰ ਕੰਟੈਸਟ ਦੇ ਅਨੁਸਾਰ ਉੱਥੇ ਅਰਥ ਲਾਏਗਾ, ਨਹੀਂ ਤਾਂ ਭੁਲੇਖਾ ਪੈ ਜਾਏਗਾ। ਇਹ ਤਾਂ ਸਾਰੇ ਮੁੰਡੇ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਇੱਕ ਧਨ ਪਦ ਗੁਰਮਤ ਦਾ, ਮੈਂ ਤੁਹਾਨੂੰ ਦੱਸਿਆ, ਫਿਰ ਜ਼ਰਾ ਦੁਹਰਾ ਦਿੰਦੇ ਆ ਤੇ ਹੋਰ ਵੀ ਨਵੇਂ ਸੱਜਣ ਆਏ ਨੇ। ਧਨ ਦੀ ਬਣਤਰ ਕੀ ਹੈ? ਤਦਾ ਨੰਨਾ ਮੁਕਤਾ। ਉਚਾਰਨ ਕੀ ਹੈ? ਪ੍ਰੋਨਾਉਂਸੀਏਸ਼ਨ ਕੀ ਹੈ? ਧਨ। ਹੁਣ ਇਹਦਾ ਹੀ ਸਰੂਪ ਵੀ ਇਹੀ ਰਹੇਗਾ, ਪ੍ਰੋਨਾਉਂਸੀਏਸ਼ਨ ਵੀ ਇਹੀ ਰਹੇਗੀ, ਅਰਥ ਬਦਲ ਜਾਣਗੇ। ਪਹਿਲਾ ਤੁਕ ਧਨ, ਤਦਾ ਨੰਨਾ ਮੁਕਤ, ਧਨ ਉਚਾਰਨ ਧਨ, ਧਨ ਪਿਰ ਕਾ ਇੱਕ ਹੀ ਸੰਗ ਵਾਸਾ। ਧਨ ਜੀਵ ਰੂਪੀ ਇਸਤਰੀ ਔਰ ਪੀਰ ਪਰਮਾਤਮਾ ਦਾ ਇੱਕ ਹੀ ਥਾਂ ਤੇ ਵਸ ਹੈ, ਵਿੱਚ ਹੋਮੇ ਗੀਤ ਕਰਾਰੀ, ਵਿੱਚ ਹੋਮੇ ਦੀ ਕੰਧ ਕਰਾਰੀ ਪਈ ਹੈ, ਇੱਥੇ ਧਨ ਜੀਵਾ। ਫਿਰ ਅਗਲਾ ਲਓ ਕੋਟੇਸ਼ਨ ਪ੍ਰਮਾਣ, ਉੱਥੇ ਧਨ ਭੂਮ ਕਾ ਜੋ ਕਰੇ ਗੁਮਾਨ,
ਸੋ ਮੂਰਖ ਅੰਧਾ ਅਗਿਆਨ ਉਚਾਰਨ ਉਹੀ ਧੱਧਾ ਨੰਨਾ ਧਨ ਸਪੈਲਿੰਗ ਧੱਧਾ ਨੰਨਾ ਧਨ ਸਰੂਪ ਉਹੀ ਉਚਾਰਨ ਉਹੀ ਹੈ ਅਰਥ ਬਦਲ ਗਏ ਇੱਥੇ ਧਨ ਦੌਲਤ ਭੂ ਜ਼ਮੀਨ ਅਜੋ ਕਰੇ ਮਾਨ ਸੋ ਮੂਰਖ ਅੰਧਾ ਅਗਿਆਨ ਤੀਸਰਾ ਧੱਧਾ ਨੰਨਾ ਧਨ ਉਚਾਰਨ ਵੀ ਧਨ ਸਪੈਲਿੰਗ ਵੀ ਧੱਧਾ ਨੰਨਾ ਧਨ ਹੈ ਔਰ ਅਰਥ ਉਸਦੇ ਬਦਲ ਜਾਣ ਉਹ ਕਿੱਥੇ ਹੈ ਧਨ ਧਨ ਰਾਮ ਦਾਸ ਗੁਰਜਨ ਸਿਰਿਆ ਤਿਨੇ ਸਵਾਰ ਧਨ ਸੇਜਨ ਜਿਨ ਹਰ ਹਿਰਦੇ ਹਰ ਜਿਨ ਹਰ ਹਿਰਦੇ ਨੌ ਉੱਥੇ ਧਨ ਤਾਂ ਹੁਣ ਤਿੰਨ ਅਰਥ ਮੈਂ ਕੋਟੇਸ਼ਨ ਦੇ ਰਿਹਾ ਗੁਰਬਾਣੀ ਦੇ ਅਰਥ ਬਣ ਹਾਂ ਧਨਤਾ ਯੋਗ ਇੱਥੇ ਧਨਤਾ ਯੋਗ ਹੋ ਜਾਣਾ ਹਾਂ ਇੱਕ ਇੱਕ ਤਾਂ ਧਨ ਹੋ ਗਿਆ ਨਾ ਧਨ ਦੌਲਤ ਧਨ ਭੂਮ ਕਾ ਯੋਗ ਕਰੇ ਅਨੁਮਾਨ ਇੱਕ ਧਨ ਹੋ ਗਿਆ ਧਨ ਤਿਰਕਾ ਇੱਕ ਸੰਭਾਸਾ ਇੱਕ ਧਨਤਾ ਯੋਗ ਹੈ ਹੁਣ ਤਿੰਨ ਅਰਥ ਹੋ ਗਏ ਸਰੂਪ ਉਹੀ ਹੈ ਚਾਰਨ ਉਹੀ ਹੈ ਸਪੈਲਿੰਗ ਉਹੀ ਹੈ ਲੇਕਿਨ ਅਰਥ ਬਦਲ ਗਏ ਇਸ ਤਰ੍ਹਾਂ ਇੱਕ ਦ੍ਰਿਸ਼ਟਾਂਤ ਮੈਂ ਦਿੱਤਾ ਸੰਸਾਰ ਦੀ ਇਹ ਨਹੀਂ ਸਾਡੇ ਇੰਡੀਆ ਦੇ ਸੰਸਾਰ ਦੀ ਹਰ ਇੱਕ ਬੋਲੀ ਦੇ ਵਿੱਚ ਇੱਕ ਪਦ ਦੇ ਅਨੇਕ ਅਰਥ ਹੁੰਦੇ ਹਨ ਔਰ ਉਹ ਜਿਸ ਥਾਂ ਵਰਤੇ ਜਾਂਦੇ ਹਨ ਉੱਥੇ ਉਹ ਲੱਗਦੇ ਹਨ ਜਿਸ ਨੂੰ ਇੱਕ ਆਉਂਦੇ ਹਨ ਗਲਤੀ ਖਾ ਜਾਂਦਾ ਹੈ ਜਿਸ ਨੂੰ ਇੱਕ ਆਉਂਦੇ ਹਨ ਉਹ ਗਲਤੀ ਖਾ ਜਾਂਦਾ ਹੈ ਹੁਣ ਮੈਂ ਫਿਰ ਉੱਥੇ ਆ ਜਾਵਾਂ ਕਿ ਕ੍ਰਿਸ਼ਨ ਦੇ ਵੀ ਅਰਥ ਕਈ ਹਨ ਇੱਕ ਤਾਂ ਕ੍ਰਿਸ਼ਨ ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਗੁਰੂ ਨਾਨਕ ਸਾਹਿਬ ਨੇ ਆਸਾ ਵਿਵਾਦ ਦੇ ਵਿੱਚ ਆਖਿਆ ਉਸ ਦੇ ਸੰਸਕ੍ਰਿਤ ਪਦ ਹੈ ਉਹਦੇ ਵਿੱਚ ਕਿਹਾ ਕ੍ਰਿਸ਼ਨ ਕੌਣ ਪਰਿਪੂਰਨ ਸਰਬ ਪਰਿਪੂਰਨ ਜੋਤ ਲਿਖਿਆ ਹੋਇਆ ਉਹਦੇ ਵਿੱਚ ਉਹ ਕ੍ਰਿਸ਼ਨ ਹੈ ਇੱਕ ਮਾਤਾ ਜਸ਼ੋਦਾ ਜੀ ਦੇ ਪੁੱਤਰ ਕ੍ਰਿਸ਼ਨ ਜੀ ਸਨ ਲੇਕਿਨ ਉੱਥੇ ਕੰਟੈਕਸਟ ਦੇ ਮੁਤਾਬਕ ਉਹਦੇ ਯਾਨੀ ਅਰਥ ਲਾਣੇ ਪੈਣਗੇ ਇਸੇ ਤਰ੍ਹਾਂ ਭਾਈ ਸਾਹਿਬ ਦਾ ਕੀ ਆਸ਼ਾ ਹੈ ਭਾਈ ਗੁਰਦਾਸ ਜੀ ਦਾ ਨਹੀਂ ਭਾਈ ਗੁਰਦਾਸ ਜੀ ਦਾ ਆਉਂਦਾ ਹੈ ਆਸ਼ਾ ਜਿਹੜੇ ਸਿਰਫ ਕੇਵਲ ਇੱਕ ਹੈ ਜਿਹੜਾ ਇੱਕ ਓਂਕਾਰ ਨੂੰ ਇੱਕ ਵਾਰ ਉਹਨਾਂ ਨੇ ਗੁਰਮੰਤਰ ਦੜਾਇਆ ਇੱਕ ਸਤਨਾਮ ਨੂੰ ਗੁਰਮੰਤਰ ਦੜਾਇਆ ਇੱਕ ਵਾਹਿਗੁਰੂ ਯਾਨੀ ਮੰਤਰ ਉਹ ਹੈ ਜਿਹੜਾ ਇੱਕ ਹੈ ਉਸ ਦਾ ਯਾਨੀ ਜਿਹੜਾ ਉਪਦੇਸ਼ ਹੈ ਉਸਦਾ ਉਸਨੂੰ ਜਪੋ ਉਹ ਹੈ ਅਸਲੀ ਚੀਜ਼ ਯਾਨੀ ਉਹਦੇ ਪਦਾਂ ਦਾ ਹੇਰ ਫੇਰ ਨਹੀਂ ਕੀਤਾ ਭਾਈ ਸਾਹਿਬ ਨੇ ਉਹ ਆਸ਼ਾ ਉਹੀ ਲੈ ਗਿਆ ਹੁਣ ਲਓ ਹੁਣ ਗੁਰੂ ਅੰਗਦ ਜੀ ਸਾਹਿਬ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ ਹੁਕਮ ਹੈ ਜਪ ਕਿਉਂ ਨਹੀਂ ਜਪਦੇ ਜੇ ਵਾਹਿਗੁਰੂ ਵਾਲੇ ਸਤਨਾਮ ਵਾਲਿਆਂ ਨਾਲ ਲੜਦੇ ਨੇ ਤੇ ਸਤਨਾਮ ਵਾਲੇ ਵਾਹਿਗੁਰੂ ਨਾਲ ਲੜਦੇ ਉਹ ਕਹਿੰਦੇ ਅਸੀਂ ਭਾਈ ਗੁਰਦਾਸ ਨੂੰ ਨਹੀਂ ਮੰਨਦੇ ਅਸੀਂ ਤਾਂ ਗੁਰੂ ਅਰਜਨ ਨੂੰ ਮੰਨਦੇ ਹਾਂ ਕਿਉਂਕਿ ਭਾਈ ਗੁਰਦਾਸ ਨੂੰ ਗੱਦੀ ਮਿਲੀ ਨਹੀਂ ਮੈਂ ਪਾਉਣੀ ਹੈ ਨਹੀਂ ਕਿ ਭਾਈ ਗੁਰਦਾਸ ਨੂੰ ਗੱਦੀ ਨਹੀਂ ਮਿਲੀ ਜਿਹੜੇ ਕਿਸੇ ਨੇ ਇਹ ਬਣਾਤੀ ਕਿ ਕੁੰਜੀ ਹੈ ਕਦੀ ਹੋ ਸਕਦੀ ਹੈ ਕਿ ਭਾਈ ਸਾਹਿਬ ਨੂੰ ਕੁੰਜੀ ਬਣਾ ਦਿੰਦੇ ਉਸਦੀ ਕਿੱਥੇ ਲਿਖਿਆ ਦੱਸੋ ਪਹਿਲਾਂ ਉਹ ਰਿਸਰਚ ਕੀਤੀ ਕਿਤੇ ਕੁੰਜੀ ਮਹਾਰਾਜ ਨੇ ਬਣ ਦਿੱਤਾ ਹੋਵੇ ਉਹ ਭਾਈ ਸਾਹਿਬ ਦੇ ਆਪਣੇ ਜਿਹੜੇ ਪੈਰੋਕਾਰ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਕੁੰਜੀ ਦੀ ਕੋਈ ਲੋੜ ਨਹੀਂ ਸਾਹਮਣੇ ਸਰਲ ਬਾਣੀ ਚੱਲ ਰਹੀ ਹੈ ਉੱਥੇ ਸਾਹਮਣੇ ਕਹਿੰਦੇ ਕੁੰਜੀ ਇਹਦੇ ਵਿੱਚ ਕੀ ਲੋੜ ਹੈ ਜਪ ਮਨ ਸਤਨਾਮ ਸਦਾ ਸਤਨਾਮ ਗੁਰੂ ਰਾਮਦਾਸ ਕਹਿੰਦੇ ਜਪ ਮਨ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੰਭੋ ਮੇਰੇ ਮਨ ਹਰ ਹਰ ਨਾਮ ਦਿਹਾਏ ਕਹਿੰਦੇ ਨਿਰਭਉ ਨੂੰ ਜਪੋ ਨਿਰਵੈਰ ਨੂੰ ਜਪੋ ਗੁਰੂ ਰਾਮਦਾਸ ਜੀ ਕਹਿੰਦੇ ਤੇ ਉੱਥੇ ਮਹਾਰਾਜ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ ਮੇਰਾ ਇਹ ਸਾਰਿਆ ਵਿਸਥਾਰ ਕਰਨ ਦਾ ਮਤਲਬ ਇਹ ਹੈ ਕਿ ਆਸ਼ਾ ਸਿਰਫ ਇੱਕ ਦਾ ਹੈ ਅਸੀਂ ਅੱਖਰਾਂ ਦੇ ਹੇਰ ਫੇਰ ਚ ਪੈ ਕੇ ਅਸਲੀ ਚੀਜ਼ ਹੈ ਉਸਨੂੰ ਗੁਆ ਬਹਿੰਦੇ ਆ ਉਹਦੇ ਵਿੱਚ ਹੀ ਪੈ ਜਾਂਦੇ ਆ ਵੀ ਸਤਨਾਮ ਹੈ ਗੁਰਮੰਤਰ ਜਾਂ ਵਾਹਿਗੁਰੂ ਗੁਰਮੰਤਰ ਹੈ ਜਾਂ ਰਾਮ ਮੰਤਰ ਹੈ ਜਾਂ ਕਿਹੜੀ ਚੀਜ਼ ਦਾ ਪੁਆਇੰਟ ਹੈ ਇਹ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਇਸ ਦੇ ਵਿੱਚ ਲੇਕਿਨ ਇਸ ਦੇ ਨਾਲ ਸਾਡੇ ਪੰਥ ਦੇ ਵਿੱਚ ਪ੍ਰਪਾਟੀ ਚੜੀ ਆ ਰਹੀ ਹੈ ਠੀਕ ਹੈ ਅਸੀਂ ਉਸ ਪ੍ਰਪਾਟੀ ਨੂੰ ਕਿਉਂ ਗੁਆਈਏ ਇੱਕ ਪਦ ਤਾਂ ਤੁਸੀਂ ਲਓਗੇ ਕੋਈ ਉਸਦੇ ਲਿਖਾਇਕ ਦਾ ਜਿਸ ਨੂੰ ਕਿ ਤੁਸੀਂ ਵਾਰ ਵਾਰ ਤੇ ਆਓਗੇ ਇਹਦੇ ਵਿੱਚ ਸ਼ੱਕ ਹੈ ਨਹੀਂ ਇੱਕ ਤਾਂ ਪਦ ਜ਼ਰੂਰ ਲੈਣਾ ਪਏਗਾ ਤੁਹਾਨੂੰ ਹੁਣ ਜਿਹੜਾ ਗੁਰੂ ਪਦ ਹੈ ਹੁਣ ਮੈਂ ਇਸਦੇ ਉੱਤੇ ਲੈ ਰਿਹਾ ਇਸ ਨੂੰ ਕਿਉਂ ਗੁਆਈਏ ਗੁਰੂ ਪਦ ਰਹਿਣ ਦੀ ਏ ਗੁਰੂ ਜਿਹੜਾ ਪਦ ਹੈ ਹੁਣ ਰੱਬ ਰੱਬ ਦਾ ਅੱਖਰੀ ਅਰਥ ਦੱਸੋ ਕੀ ਹੈ ਕੋਈ ਨਹੀਂ ਦੱਸ ਸਕਦਾ ਗੋਡ ਦਾ ਅੱਖਰੀ ਅਰਥ ਦੱਸੋ ਕੀ ਹੈ ਨਹੀਂ ਕੋਈ ਦੱਸਦਾ ਇਸੇ ਤਰ੍ਹਾਂ ਗੁਰੂ ਜਿਹੜਾ ਪਦ ਹੈ ਇਹਦੇ ਵਿੱਚ ਦੋ ਸਰੂਪ ਹਨ ਉਹ ਸਿਰਜਣਹਾਰ ਦੇ ਇੱਕ ਤਾਂ ਨਿਰਕਾਰ ਫਾਰਮੁਲਾ ਉਸਦਾ ਕੋਈ ਆਈਡੀਆ ਕੋਈ ਕੰਸੀਵ ਅਸੀਂ ਮਨ ਦੇ ਵਿੱਚ ਕਰ ਨਹੀਂ ਸਕਦੇ ਕਿ ਹੋ ਗਿਆ ਨਿਰਆਕਾਰ ਜੋ ਹੋਇਆ ਇੱਕ ਤਾਂ ਨਿਰਗੁਣ ਔਰ ਇੱਕ ਸਰਗੁਣ ਜਿਹੜਾ ਕਿ ਆਕਾਰ ਦੇ ਵਿੱਚ ਹੈ ਉਸਨੂੰ ਗੁਰੂ ਸਾਹਿਬ ਕਹਿੰਦੇ ਹਨ ਕੀਰਤਨ ਨਾਮ ਕਥੇ ਤੇਰੇ ਜਪ ਜੋ ਤੇਰੇ ਕੀਤੇ ਹੋਣ ਜਿਸ ਤਰ੍ਹਾਂ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਪਹਿਲੇ ਜਾਪ ਸਾਹਿਬ ਸ਼ੁਰੂ ਕੀਤਾ ਹੈ ਚੱਕਰ ਚਹਿਨ ਅਰ ਵਰਨ ਜਾਤ ਅਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਵੇਖ ਕਉ ਕਹਿ ਨਾ ਸਕਦਾ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਓਟ ਇੰਦ ਇੰਦਰਾਨ ਸ਼ਾਹ ਸ਼ਾਹਾਨ ਗਣਿਜੇ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਨ ਕਹਿ ਤਬ ਸਰਬ ਨਾਮ ਕਥੈ ਕਵਨ ਕਰਨ ਨਾਮ ਬ੍ਰਹਨਤ ਸੁਮ ਤੇਰੇ ਕਰਮਾਂ ਦੇ ਉੱਤੇ ਹੈ ਬਖਸ਼ਿਸ਼ ਕਰਨ ਵਾਲਾ ਹੋ ਗਿਆ ਬਖਸ਼ਿੰਦ ਕਰ ਦਿਆ ਘਰ ਰਹਿਮ ਕਰਨ ਵਾਲਾ ਰਹੀਮ ਕਹਿਤਾ ਦਿਆਲੂ ਕਿਰਪਾਲੂ ਇਹ ਤੇਰੇ ਨਾਮ ਕਰਮ ਦੇ ਪੈ ਗਏ ਹਨ ਉਹ ਜਿਹੜਾ ਗੁਰੂ ਪਦ ਹੈ ਉਸਦੇ ਵਿੱਚ ਨਿਰਗੁਣ ਦਾ
ਤੇ ਸਰਗੁਣਾਂ ਵੀ ਕੁਆਲਿਟੀਜ਼ ਹਨ ਉਹ ਆ ਜਾਂਦੀਆਂ ਕਿਉਂ ਇਸ ਪਦ ਨੂੰ ਛੱਡੀਏ ਲੇਕਿਨ ਇਸ ਨੂੰ ਚਿੰਬੜ ਨਾ ਜਾਈਏ ਹੁਣ ਕਿ ਦੂਜਾ ਕਹਿੰਦਾ ਮੈਂ ਤਾਂ ਜੀ ਅੱਲਾਹ ਕਹਾਂਗਾ ਹਾਂ ਜੀ ਕਹੋ ਤੂੰ ਅੱਲਾਹ ਹੀ ਕਹੋ ਅਗਰ ਤੇਰਾ ਉਹ ਇੰਦੀਆ ਹੈ ਤੇਰਾ ਅੱਲਾਹ ਪਦ ਉਸਦਾ ਲਖਾਇਕ ਹੈ ਜਿਹੜਾ ਕਾ ਸਰਵ ਸ਼ਕਤੀਮਾਨ ਹੈ ਜਿਹੜਾ ਘੱਟ ਘੱਟ ਵਾਸੀ ਹੈ ਜਿਹੜਾ ਸਰਬਨਵਾਸੀ ਹੈ ਜਿਹੜਾ ਨੇੜੇ ਤੇ ਨੇੜੇ ਹੈ ਜਿਹੜਾ ਸਿਰਜਣਹਾਰ ਹੈ ਪਾਲਣਹਾਰ ਹੈ ਬਖਸ਼ਣਹਾਰ ਹੈ ਉਹਦਾ ਅਗਰ ਤੂੰ ਤੇਰਾ ਪਦ ਉਹ ਲਖਾਇਕ ਹੈ ਬੇਸ਼ੱਕ ਤੂੰ ਅੱਲਾਹ ਹੀ ਕਹਿ ਜਾਓ ਝਗੜੇ ਨਾ ਕਰੋ ਸਤਨਾਮ ਵਾਲੇ ਨੂੰ ਵੀ ਇਹੀ ਕਹੋ ਹਰੀ ਵਾਲੇ ਨੂੰ ਵੀ ਇਹੀ ਕਹੋ ਕਈਆਂ ਪੁਸਤਕਾਂ ਲਿਖਦੀਆਂ ਹਰੀ ਨੇ ਜਾਪ ਵਾਲੇ ਹਰੀ ਨੇ ਕੋਟੇਸ਼ਨਾਂ ਦੇ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਕਮ ਸੇ ਕਮ ਹਜ਼ਾਰ ਦਾ ਕੋਟੇਸ਼ਨ ਦੇਖਾ ਤੇ ਹਰੀ ਜਪੋ ਤੇ ਕ੍ਰਿਸ਼ਨ ਵਾਲਿਆਂ ਨੇ ਕ੍ਰਿਸ਼ਨ ਦੇ ਦੇਸ਼ ਤੇ ਕੋਟੇਸ਼ਨ ਯਾਨੀ ਉਹਨਾਂ ਚ ਸਭ ਆਪਾਂ ਕੀ ਪੈਣਾ ਮੇਰਾ ਭਾਵ ਹੈ ਕਿਉਂਕਿ ਸਾਡੇ ਪੰਥ ਦੀ ਪ੍ਰਪਾਟੀ ਚਲਾਈ ਹੈ ਇਸ ਪ੍ਰਪਾਟੀ ਨੂੰ ਕਿਉਂ ਬਦਲੀਏ ਲੇਕਿਨ ਇਸ ਦੇ ਨਾਲ ਚਿੰਬੜ ਵੀ ਨਾ ਜਾਈਏ ਅਗਰ ਇੱਕ ਆਦਮੀ ਕਹਿੰਦਾ ਉਹਦੇ ਲੜੀਏ ਵੀ ਨਾ ਅਗਰ ਉਸਦਾ ਆਸ਼ਾ ਉਹੀ ਹੈ ਉਸਨੂੰ ਕਹਿਣ ਦੇ ਗੁਰੂ ਪਾਤਸ਼ਾਹ ਕਹਿੰਦੇ ਜਪ ਮਨ ਨਿਰਭਉ ਜਪ ਮਨ ਸਤਨਾਮ ਬਾਹਰੇ ਰਾਮ ਕਹੋ ਚਿਤ ਲਾਏ ਗੁਰੂ ਸਾਹਿਬ ਕਹਿ ਰਹੇ ਨੇ ਮੈਂ ਤਾਂ ਨੀ ਆਖ ਰਿਹਾ ਤਾਂ ਉਹ ਭਾਵ ਹੈ ਇਸਨੂੰ ਲੇਕਿਨ ਇੱਕ ਪਦ ਤੁਹਾਨੂੰ ਰੱਖਣਾ ਪਏਗਾ ਆਪਣੇ ਸਾਹਮਣੇ ਹਰ ਵੇਲੇ ਚੇਤੇ ਕਰ ਲੈ ਪੁਆਇੰਟ ਕੀ ਹੁਣ ਚੁੱਕ ਸਾਨੂੰ ਅੰਮ੍ਰਿਤ ਛਕਣ ਵੇਲੇ ਕਿਹੜਾ ਮੰਤਰ ਮਿਲਦਾ ਗੁਰੂ ਵਾਹਿਗੁਰੂ ਉਸਨੂੰ ਗ੍ਰਹਿਣ ਕਰੋ ਉਹਦੇ ਨਾਲ ਕੋਈ ਨੀ ਅਗਰ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ ਵਾ ਹੈਗਾ ਉਹ ਕਹਿੰਦਾ ਮੈਂ ਤਾਂ ਸਤਨਾਮ ਕਰੀ ਜਾ ਪਾਏ ਇਹਦੇ ਝਗੜੇ ਚ ਨਹੀਂ ਪੈਣਾ ਚਾਹੀਦਾ ਮਕੈਨੀਕਲ ਵਾਹਿਗੁਰੂ ਕਦੀ ਸੋਚਿਆ ਕਿਹਨੂੰ ਕਹਿ ਰਹੇ ਹਾਂ ਮਨ ਤਾਂ ਕੋਈ ਪ੍ਰਭਾਵ ਇੰਪ੍ਰਿੰਟ ਅਸਰ ਨਹੀਂ ਲੈ ਰਿਹਾ ਤੇ ਕੀ ਫਾਇਦਾ ਸੋਚਿਆ ਤਾਂ ਇਹ ਤਾਂ ਸਾਨੂੰ ਸਫਲਤਾ ਨਹੀਂ ਆਓ ਦ੍ਰਿੜ ਕਰੋ ਅਰਥ ਵਾਹਿਗੁਰੂ ਦੇ ਕਿਹਨੂੰ ਕਹਿੰਦੇ ਨੇ ਵਾਹਿਗੁਰੂ ਮੈਂ 5-6 ਪਾਤਸ਼ਾਹ ਦੇ ਇਕੁਲੈਂਟ ਪਦ ਵਾਹਿਗੁਰੂ ਦੇ ਸਿਰਫ ਅਰਥ ਨੂੰ ਦ੍ਰਿੜ ਕਰਨ ਵਾਸਤੇ ਆਪਦੇ ਸਾਹਮਣੇ ਰੱਖ ਰਿਹਾ ਹਾਂ ਦ੍ਰਿੜ ਕਰੋ ਵਾਹ ਕਿਹਨੂੰ ਕਹਿ ਰਹੇ ਹੋ ਗੁਰੂ ਕਿਹਨੂੰ ਕਹਿ ਰਹੇ ਨੇ ਇਕੁਲੈਂਟ ਪਦ ਹਨ ਪਹਿਲੇ ਤਾਂ ਟਿਕ ਕੇ ਆਖੋ ਵੰਡਰਫੁੱਲ ਵਾਹਦਾ ਅਰਥ ਅੰਗਰੇਜ਼ੀ ਇੰਗਲਿਸ਼ ਵਾਹਦਾ ਅਰਥ ਵੰਡਰਫੁੱਲ ਗੁਰੂ ਦਾ ਅਰਥ ਗੋਡ ਗੁਰੂ ਦਾ ਅਰਥ ਅਪਰੰਪਰ ਮਹਾਰਾਜ ਆਪ ਕਹਿੰਦੇ ਆਦਮ ਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਅਮਾਰਾ ਰੱਬ ਲਈ ਕਹਿ ਰਹੇ ਹਨ ਗੁਰੂ ਦਾ ਅਰਥ ਰੱਬ ਗੁਰੂ ਦਾ ਅਰਥ ਗੋਡ ਵੰਡਰਫੁੱਲ ਗੋਡ ਵੰਡਰਫੁੱਲ ਗੋਡ ਵੰਡਰਫੁੱਲ ਗੋਡ ਵੰਡਰਫੁੱਲ ਗੋਡ ਵੰਡਰਫੁੱਲ ਗੋਡ ਵੰਡਰਫੁੱਲ ਗੋਡ ਵਾਹਿਗੁਰੂ ਅਰਥ ਚਿਕੇ ਆਖੋ ਸੰਸਕ੍ਰਿਤ ਵਾਦਾ ਅਰਥ ਆਚਾਰੀਆ ਵਾਦਾ ਅਰਥ ਆਚਾਰਜ ਵਾਦਾ ਅਰਥ ਆਚਾਰੀਆ ਵਾਦਾ ਅਰਥ ਆਚਾਰਜ
ਆਸ਼ਚਾਰੀ ਬ੍ਰਹਮ ਆਸ਼ਚਾਰੀ ਬ੍ਰਹਮ ਆਸ਼ਚਾਰੀ ਅਰਥ ਹੈ ਇਹਦਾ ਵਾਹਿਗੁਰੂ ਵਾਹਿਗੁਰੂ ਅਖਰੀ ਅਰਥ ਸਮਾਦ ਵਿਸਮਾਦ ਵਾਦਾ ਅਰਥ ਵਿਸਮਾਦ ਵਿਸਮਾਦ ਗੁਰੂ ਦਾ ਅਰਥ ਹਰੀ ਹਰੀ ਗੁਰੂ ਦਾ ਅਰਥ ਹਰੀ ਹਰੀ ਵਿਸਮਾਦ ਹਰੀ ਵਿਸਮਾਦ ਸਮਾਦ ਹਰੀ ਸਮਾਦ ਹਰੀ ਅਰਥ ਵਾਹਿਗੁਰੂ ਇਸ ਦਾ ਅਰਥ ਸੀ ਵਾਹਿਗੁਰੂ ਅਰਬੀ ਵਾਦਾ ਅਰਥ ਸੁਭਾਨ ਸੁਭਾਨ ਦਾ ਪਿੰਡੋ ਦਾ ਅਰਥ ਪੰਜਾਬੀ ਪਿੰਡ ਦੀ ਬੋਲੀ ਬੱਲੇ 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 ਪਾਦਾ ਅਰਥ ਬੱਲੇ ਬੱਲੇ ਗੋਦਾ ਅਰਥ ਰੱਬ 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 ਗੋਦਾ ਪੰਜਾਬੀ ਪੇਂਡੂ ਬੋਲੀ ਬੱਲੇ ਰੱਬ 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 ਗੁਰੂ ਨਾਨਕ ਦੀ ਭਾਸ਼ਾ 'ਚ ਕੀ ਕਹਿੰਦੇ ਨੇ ਅਰਥ ਧਨ ਧਨ ਵਾਦਾ ਅਰਥ ਧਨ ਗੁਰੂ ਦਾ ਅਰਥ ਨਿਰੰਕਾਰ ਨਿਰੰਕਾਰ ਗੁਰੂ ਦਾ ਅਰਥ ਨਿਰੰਕਾਰ ਨਿਰੰਕਾਰ
ਧਨ ਨਿਰੰਕਾਰ ਧਨ ਨਿਰੰਕਾਰ ਧਨ ਨਿਰੰਕਾਰ ਧਨ ਨਿਰੰਕਾਰ ਧਨ ਨਿਰੰਕਾਰ ਧਨ ਨਿਰੰਕਾਰ ਧਨ ਨਿਰੰਕਾਰ ਧਨ ਨਿਰੰਕਾਰ ਸਾਹਿਬ ਗੁਰੂ ਨਾਨਕ ਜੋ ਰੱਬੀ ਜੋ ਜਦ ਭੈਣ ਜੀ ਨੂੰ ਮਿਲਦੇ ਸਨ ਤਾਂ ਕਹਿੰਦੇ ਸਨ ਦੋ ਬੋਲੇ ਸਨ ਬੀਬਾ ਜੀ ਆਖੋ ਧੰਨ ਨਿਰੰਕਾਰ ਜਾਂ ਸਤ ਕਰਤਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਹਾਂਜੀ Vaheguru, 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 Vaheguru,